ਸਰ ਮੇਰਾ ਨਾਮ ਸੁਮਿਤ ਆ ਜੀ, ਮੈਂ ਟਾਟਾ ਕੋਸਮੋ ਦਸੂਹੇ 'ਚ ਐਜ਼ ਏ ਸੇਲਸ ਔਫਿਸਰ ਜੋਬ ਕਰਦਾ ਜੀ। ਅੱਜ ਅਸੀਂ ਤੁਹਾਨੂੰ ਟਾਟਾ ਦੇ ਜਿੰਨੇ ਵੀ ਮਾਡਲ ਆਉਂਦੇ ਆ ਉਹਨਾਂ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਸਰ। ਸਭ ਤੋਂ ਪਹਿਲੇ ਅਸੀਂ ਸ਼ੁਰੂ ਕਰਾਂਗੇ ਜੋ ਅੱਜ ਦੇ ਸਮੇਂ ਦੀ ਮੋਸਟ ਡਿਮਾਂਡ ਕਾਰ ਹੈਗੀ ਆ, ਟਾਟਾ ਪੰਚ, ਜੋ ਇੰਡੀਆ ਦੇ ਵਿੱਚ ਇੱਕ ਬੈਟਰੀ ਕੋਨਸੈਪਟ 'ਤੇ ਲਾਂਚ ਹੋਈ ਆ, ਜਿਹਨੂੰ ਅਸੀਂ ਕਹਿੰਦੇ ਈਵੀ। ਈਵੀ ਮਤਲਬ ਇਲੈਕਟ੍ਰੀਕਲ ਵਹੀਕਲ। ਗਾੜੀ ਸਰ ਤੁਹਾਡੇ ਫਰੰਟ 'ਤੇ ਡਿਸਪਲੇ ਹੈਗੀ ਆ, ਮੈਂ ਤੁਹਾਨੂੰ ਗਾੜੀ ਦਾ ਫਰੰਟ ਲੁੱਕ ਦਿਖਾਉਣਾ ਚਾਹਾਂਗਾ। ਪਹਿਲਾਂ ਫਰੰਟ ਦੇ ਵਿੱਚ ਸਰ ਤੁਹਾਨੂੰ ਗਾੜੀ ਦੇ ਕਨੈਕਟਡ LED ਹੈਡਲਾਈਟ ਔਰ ਪ੍ਰੋਜੈਕਟਰ ਹੈਡਲਾਈਟਸ ਮਿਲੂਗੇ ਸਰ ਤੁਹਾਨੂੰ, ਜੋ ਗਾੜੀ ਦੀ ਲੁਕਸ ਨੂੰ ਐਨਹਾਂਸ ਕਰਦੇ ਆ ਔਰ ਡਿਊਰਿੰਗ ਨਾਈਟ ਪ੍ਰੋਪਰ ਵਿਜੀਬਿਲਿਟੀ ਮਿਲਦੀ ਹੈ ਸਰ ਕਲਾਇੰਟ ਕਸਟਮਰ ਨੂੰ। ਸਾਈਡ 'ਤੇ ਆਉਂਦੇ ਹੋਏ ਸਰ ਮੈਂ ਤੁਹਾਨੂੰ ਗਾੜੀ ਦੀ ਸਾਈਡ ਪ੍ਰੋਫਾਈਲ ਬਾਰੇ ਦਿਖਾਉਣਾ ਚਾਹਾਂਗਾ, ਜਿਹਦੇ ਵਿੱਚ ਸਾਨੂੰ ਸਾਈਡ ਪ੍ਰੋਫਾਈਲ ਦੇ ਵਿੱਚ ਸਭ ਤੋਂ ਪਹਿਲਾਂ ਡਾਇਮੰਡ ਕੱਟ ਅਲੋਏ ਵੀਲ ਮਿਲਦੇ ਆ ਸਰ, ਜੋ ਸੇਫਟੀ ਵਾਈਜ਼ ਵੀ ਅੱਛੀ ਹੈ ਔਰ ਗਾੜੀ ਦੀ ਲੁਕਸ ਨੂੰ ਐਨਹਾਂਸ ਕਰਦੇ ਸਰ, ਪ੍ਰੀਮੀਅਮ ਲੁੱਕ ਫੀਲ ਆਏਗਾ ਸਰ ਤੁਹਾਨੂੰ। ਇਹਦੇ ਵਿੱਚ ਸਰ ਸਾਈਡ ਪ੍ਰੋਫਾਈਲ ਦੇ ਵਿੱਚ ਤੁਹਾਨੂੰ ਈਵੀ ਦੀ ਬ੍ਰੈਂਡਿੰਗ ਨਜ਼ਰ ਆਏਗੀ। ਈਵੀ ਦੇ ਵਿੱਚ ਸਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ 'ਚ ਦੱਸ ਦਿੰਦਾ ਕਿ ਈਵੀ ਦੇ ਵਿੱਚ ਸਾਡੇ ਕੋਲ ਜੋ ਬੈਟਰੀ ਆ ਰਹੀ ਆ ਉਸ ਬੈਟਰੀ ਕੌਨਸੈਪਟ ਦੇ ਅਕੋਰਡਿੰਗ ਤੁਹਾਨੂੰ ਦੋ ਰੇਂਜ ਮਿਲੂਗੀ ਸਰ। ਫਸਟ ਰੇਂਜ ਦੇ ਵਿੱਚ ਤੁਹਾਨੂੰ ਕਿਲੋਮੀਟਰ ਜਿਹੜੀ ਆ ਲਿਮਿਟ 315 ਮਿਲੇਗੀ, ਦੂਸਰੀ ਬੈਟਰੀ ਦੇ ਵਿੱਚ ਸਰ ਤੁਹਾਨੂੰ 400 ਕਿਲੋਮੀਟਰ ਪਲੱਸ ਰੇਂਜ ਮਿਲੂਗੀ ਔਰ ਕੰਪਨੀ ਨੇ ਜੋ ਬੈਟਰੀ ਹੈਗੀ ਆ ਈਵੀ ਉਹਦੀ ਜੋ ਸਟੈਂਡਰਡ ਵਾਰੰਟੀ ਹੈਗੀ ਆ 8 ਸਾਲ ਦੀ ਵਾਰੰਟੀ ਤੁਹਾਨੂੰ ਦੇਗੀ ਕੰਪਨੀ ਸਰ। ਹੁਣ ਸਰ ਮੈਂ ਤੁਹਾਨੂੰ ਗਾੜੀ ਦਾ ਜੋ ਇੰਟੀਰੀਅਰ ਹੈਗਾ ਵਾ ਉਹਦੇ ਬਾਰੇ ਡਿਟੇਲ ਸਰ ਦਿਖਾ ਦਿੰਦਾ ਤੁਹਾਨੂੰ। ਫਸਟਲੀ ਜਦੋਂ ਵੀ ਅਸੀਂ ਅੰਦਰ ਬੈਠਦੇ ਹਾਂ ਸਭ ਤੋਂ ਪਹਿਲੇ ਸਾਡੀ ਨਜ਼ਰ ਜੋ ਹੈਗੀ ਆ ਸਟੀਅਰਿੰਗ ਔਰ ਪਲੱਸ ਜੋ ਸਪੀਡੋਮੀਟਰ ਹੈਗਾ ਉਹਦੇ 'ਤੇ ਡਿਸਪਲੇ 'ਤੇ ਜਾਂਦੀ, ਜੋ ਕਿ ਟਾਟਾ ਦੇ ਵਿੱਚ ਜੋ ਕੰਪਨੀ ਨੇ ਬਹੁਤ ਹੀ ਫੀਚਰ ਲੋਡਿਡ ਡਿਸਪਲੇ ਤੁਹਾਨੂੰ ਪ੍ਰੋਵਾਈਡ ਕੀਤੀ ਹੋਈ ਆ। 1 ਟਾਈਮ ਇਨਫੋਰਮੇਸ਼ਨ ਤੁਹਾਨੂੰ ਡਿਸਪਲੇ 'ਤੇ ਨਜ਼ਰ ਆ ਰਹੀ ਆ, ਤੁਸੀਂ ਪਲੀਜ਼ ਜ਼ਰਾ ਫੋਕਸ ਕਰਨਾ ਇਹਨੂੰ। ਹੁਣ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ 1 ਟਾਈਮ ਪੂਰੀ ਇਨਫੋਰਮੇਸ਼ਨ ਆ ਰਹੀ ਆ ਕਿ ਗਾੜੀ ਦੇ ਵਿੱਚ ਸਰ ਤੁਸੀਂ ਦੇਖ ਰਹੇ ਹੋ ਕਿ ਕਿਸ ਟਾਇਰ ਦੇ ਵਿੱਚ ਕਿੰਨੀ ਹਵਾ ਵਾ, ਠੀਕ ਹੈ ਜੀ, ਕਿਲੋਮੀਟਰ ਰੀਡਿੰਗ ਵੀ ਸ਼ੋਅ ਕਰੇਗਾ, ਪਾਰਕਿੰਗ ਮੋਡ ਦੇ ਵਿੱਚ ਹੈਗਾ ਵਾ ਸਾਡਾ, ਅਗਰ ਕੋਈ ਡੋਰ ਓਪਨ ਆ ਉਹ ਵੀ ਇੰਡੀਕੇਸ਼ਨ ਨੋਟੀਫਿਕੇਸ਼ਨ ਦੇ ਰਿਹਾ ਵਾ, ਗਾੜੀ ਦੀ ਬੈਟਰੀ ਕਿੰਨੀ ਆ ਉਹ ਵੀ ਦਿਖਾ ਰਿਹਾ ਵਾ, ਕਿਲੋਮੀਟਰ ਕਿੰਨੇ ਚੱਲੇ ਹੋਏ ਆ, ਗਾੜੀ ਵਿੱਚ ਕਿੰਨੀ ਬੈਟਰੀ ਬਚੀ ਆ ਉਹ ਰੇਂਜ ਵੀ ਦਿਖਾ ਰਿਹਾ ਵਾ ਤੁਹਾਨੂੰ, ਮਤਲਬ ਔਰ ਟੈਂਪਰੇਚਰ ਵੀ ਡਿਸਪਲੇ ਕਰ ਰਿਹਾ ਵਾ। ਤੁਸੀਂ ਸਟੀਅਰਿੰਗ ਦੀ ਡਿਜ਼ਾਈਨਿੰਗ ਦੇਖੋਗੇ ਸਰ, ਫਸਟ ਇਨ ਸੈਗਮੈਂਟ ਆ ਰਿਹਾ ਜਿਹਦੇ ਵਿੱਚ LED ਲੋਗੋ ਦੇ ਨਾਲ ਰੀਪ੍ਰਜੈਂਟ ਕਰ ਰਿਹਾ ਵਾ। ਇਸ ਸਟੀਅਰਿੰਗ ਦੇ ਵਿੱਚ ਸਰ ਤੁਹਾਨੂੰ ਫੰਕਸ਼ਨ ਫੀਚਰ ਲੋਡਿਡ ਹੈਗਾ ਵਾ, ਲੈਫਟ ਸਾਈਡ 'ਤੇ ਸਰ ਤੁਹਾਨੂੰ ਮਿਊਜ਼ਿਕ ਕੰਟਰੋਲ ਆਡੀਓ ਕੰਟਰੋਲ ਫੰਕਸ਼ਨਸ ਹੈਗੇ ਆ, ਰਾਈਟ ਸਾਈਡ ਸਟੀਅਰਿੰਗ ਦੇ ਕੋਲ ਸਰ ਤੁਹਾਨੂੰ ਕਰੂਜ਼ ਕੰਟਰੋਲ ਫੰਕਸ਼ਨਸ ਹੈਗੇ ਆ। ਬਾਕੀ ਸਰ ਇਹਦੇ ਵਿੱਚ ਜੋ ਤੁਸੀਂ ਪੈਨਲ ਦੇਖ ਰਹੇ ਹੋ ਇਹ ਪੈਨਲ ਦੇ ਵਿੱਚ ਸਰ ਤੁਹਾਨੂੰ 9 ਇੰਚ ਦੀ ਡਿਸਪਲੇ ਮਿਲੇਗੀ ਸਰ, ਜੋ ਬਹੁਤ ਹੀ ਸੋਫਟ ਟੱਚ ਦੇ ਨਾਲ ਆ ਰਹੀ ਹੈ ਸਰ, ਫੀਚਰ ਲੋਡਿਡ ਆ ਰਹੀ ਹੈ। ਇਹਦੇ ਵਿੱਚ ਸਰ ਜੋ ਫਸਟ ਇਨ ਸੈਗਮੈਂਟ ਹੈਗਾ ਵਾ ਥੋੜ੍ਹਾ ਤੁਸੀਂ ਇੱਥੇ ਨੀਚੇ ਜਾਓਗੇ ਇਹਦੇ 'ਚ ਸੋਫਟ ਟੱਚ ਪੈਨਲ ਦੇ ਨਾਲ ਤੁਹਾਨੂੰ ਆਟੋ AC ਦੇ ਸਾਰੇ ਫੰਕਸ਼ਨ ਆਪਰੇਟ ਕਰਨ ਨੂੰ ਮਿਲਣਗੇ। ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ, ਜਿਸ ਸਾਈਡ ਦੇ ਵਿੱਚ ਡਿਸਪਲੇ ਆ ਰਿਹਾ 360 ਮੀਨਸ ਹੈਗਾ ਇਸ ਦੇ ਵਿੱਚ ਤੁਹਾਨੂੰ 4 ਕੈਮਰੇ ਮਿਲਦੇ ਆ ਸਰ, ਲਾਈਕ ਦੈਟ ਤੁਸੀਂ ਇਹ ਡਿਸਪਲੇ ਦੇਖ ਰਹੇ ਹੋ, ਤੁਹਾਨੂੰ ਇਹਦੇ ਵਿੱਚ 360 ਕੈਮਰਾ ਆ ਰਿਹਾ ਜਿਹਦੇ ਵਿੱਚ ਤੁਹਾਨੂੰ ਫਰੰਟ ਵਿਊ ਨਜ਼ਰ ਆਏਗਾ, ਫਿਰ ਤੁਸੀਂ ਇਹਨੂੰ ਰੀਅਰ 'ਤੇ ਕਲਿੱਕ ਕਰੋਗੇ ਰੀਅਰ ਵਿਊ ਨਜ਼ਰ ਆਏਗਾ, ਰਾਈਟ ਕਲਿੱਕ ਰਾਈਟ, ਲੈਫਟ ਕਲਿੱਕ ਲੈਫਟ ਵਿਊ। ਇਸ ਕੈਮਰੇ ਦੇ ਵਿੱਚ ਇੱਕ ਹੋਰ ਫੀਚਰਸ ਹੈਗਾ ਵਾ, ਅਗਰ ਤੁਸੀਂ ਔਨ ਰੋਡ ਹਾਈਵੇ 'ਤੇ ਜਾਂਦੇ ਹੋ ਤੁਸੀਂ ਲੈਫਟ ਇੰਡੀਕੇਟਰ ਦਿੰਦੇ ਹੋ ਇਹਦੇ ਵਿੱਚ ਲੈਫਟ ਵਿਊ ਨਜ਼ਰ ਆਏਗਾ ਤੁਹਾਨੂੰ। ਸੇਮ ਐਜ਼ ਲਾਈਕ ਸਰ ਤੁਸੀਂ ਇਹਨੂੰ ਅਗਰ ਰਾਈਟ ਕਲਿੱਕ ਕਰਦੇ ਹੋ ਰਾਈਟ ਵਿਊ ਨਜ਼ਰ ਆਏਗਾ ਸਰ ਤੁਹਾਨੂੰ। ਬਾਕੀ ਇਹਦੇ ਵਿੱਚ ਸਰ ਸਟੈਂਡਰਡ ਫੀਚਰ ਸਾਰੇ ਹੈਗੇ ਆ, ਐਂਡਰਾਇਡ ਆਟੋ, ਐਪਲ ਕਾਰਪਲੇ, ਐਮਾਜ਼ੋਨ ਅਲੈਕਸਾ, ਤੁਸੀਂ ਜੋ ਐਡਵਾਂਸ ਫੀਚਰ ਹੈਗਾ ਵਾ
ਤੇ ਉਸ ਦੇ ਵਿੱਚ ਕਲਾਈਮੇਟ ਕੰਟਰੋਲ ਹੈਗਾ ਵਾ, ਮੂਡ ਲਾਈਟਿੰਗ ਹੈਗੀ ਆ, ਕਾਫੀ ਫੀਚਰਸ ਹੈਗੇ ਆ ਅਕੋਰਡਿੰਗ ਟੂ ਸਰ ਕਸਟਮਰ ਦੀ ਨੀਡ ਦੇ ਅਕੋਰਡਿੰਗ ਆ। ਕਸਟਮਰ ਜੋ ਜੋ ਨੀਡ ਚਾਹੁੰਦਾ ਉਹਦੇ ਅਕੋਰਡਿੰਗ ਇਹਦੇ ਵਿੱਚ ਫੀਚਰਸ ਹੈਗੇ ਆ। ਬਾਕੀ ਇਹ ਬਹੁਤ ਕਨਵੀਨੀਅੰਟ ਫੀਚਰ ਹੈਗਾ ਵਾ ਸੋਫਟ ਟੱਚ ਦੇ ਨਾਲ। ਤੁਹਾਨੂੰ ਮੈਂ ਥੋੜ੍ਹਾ ਜਿਹਾ ਇਹਦਾ ਟਰਾਂਸਮਿਸ਼ਨ ਮੋਡ ਦੇ ਬਾਰੇ ਦੱਸਣਾ ਚਾਹਾਂਗਾ ਕਿ ਟਰਾਂਸਮਿਸ਼ਨ ਮੋਡ ਦੇ ਵਿੱਚ ਇਹਦੇ ਵਿੱਚ ਇਹ ਰੋਟੇਟ ਹੈਗਾ ਵਾ, ਇਹਨੂੰ ਪਾਰਕਿੰਗ ਮੋਡ ਹੈਗਾ ਇਹਦੇ ਵਿੱਚ ਡਿਸਪਲੇ, ਰਿਵਰਸ ਮੋਡ ਹੈਗਾ ਵਾ, ਨਿਊਟਰਲ ਮੋਡ ਹੈਗਾ, ਡਰਾਈ ਮੋਡ ਹੈਗਾ ਵਾ। ਬਾਕੀ ਇਹ ਜੋ ਤੁਸੀਂ ਬ੍ਰੇਕ ਬਟਨ ਦੇਖ ਰਹੇ ਹੋ ਇਹ ਆਟੋ ਹੋਲਡ ਆਉਂਦਾ ਵਾ ਹੈਂਡ ਬ੍ਰੇਕ ਦੇ ਨਾਲ। ਬਾਕੀ ਹੋਰ ਕਾਫੀ ਫੀਚਰਸ ਹੈਗੇ ਜਿਸ ਤਰ੍ਹਾਂ ਆਰਮ ਰੈਸਟ ਮਿਲ ਜਾਏਗਾ ਤੁਹਾਨੂੰ ਇਹਦੇ ਵਿੱਚ ਸਰ, ਵਿੱਚ ਤੁਸੀਂ ਸਪੇਸ ਹੋਲਡਰ ਲੱਗ ਸਕਦੇ ਹੋ। ਬਾਕੀ ਸਰ ਇੱਕ ਗੱਲ ਹੋਰ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਂ ਇਸ ਗਾੜੀ ਅੰਦਰ ਬੈਠਾ ਹੈਗਾ ਵਾਂ, ਇਸ ਗਾੜੀ ਦਾ ਜੋ ਕੈਬਿਨ ਸਪੇਸ ਹੈਗਾ ਵਾ ਕਾਫੀ ਸਪੇਸ਼ੀਅਸ ਹੈਗਾ ਵਾ। ਕਿਸੇ ਵੀ ਹਾਈਟਡ ਪਰਸਨ ਨੂੰ ਗਾੜੀ ਦੇ ਵਿੱਚ ਐਂਟਰ ਹੋਣ ਔਰ ਐਗਜ਼ਿਟ ਹੋਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਏਗੀ ਤੁਹਾਨੂੰ। ਔਰ ਦੂਸਰਾ ਇਹਦੇ ਵਿੱਚ ਜੋ ਲੈਗ ਰੂਮ ਹੈਗਾ ਵਾ ਕਾਫੀ ਅੱਛਾ ਵਾ, ਸਪੇਸ਼ੀਅਸ ਆ, ਡਿਊਰਿੰਗ ਡਰਾਈਵ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ। ਸ਼ੋਲਡਰ ਰੂਮ ਕਾਫੀ ਅੱਛਾ ਹੈਗਾ ਵਾ। ਇੱਕ ਹੋਰ ਫੀਚਰ ਇਹਦੇ ਵਿੱਚ ਹੈਗਾ ਵਾ ਕਿ ਇਹਦੇ ਵਿੱਚ ਜੋ ਸਨਰੂਫ ਮਿਲੇਗਾ ਤੁਹਾਨੂੰ ਲਾਈਕ ਦੈਟ ਸਨਰੂਫ ਮਿਲ ਜਾਏਗਾ ਸਰ ਤੁਹਾਨੂੰ ਵਿੱਚ। ਇਹ ਸਨਰੂਫ ਦੇ ਵਿੱਚ ਤੁਸੀਂ ਇਹਨੂੰ ਮੈਨੂਅਲੀ ਓਪਰੇਟ ਕਰ ਸਕਦੇ ਹੋ, ਵਾਇਸ ਕਮਾਂਡ ਵੀ ਕਹਿ ਸਕਦੇ ਹੋ। ਵਾਇਸ ਕਮਾਂਡ ਦੇ ਵਿੱਚ ਤੁਸੀਂ ਅਗਰ ਇਹਨੂੰ ਬੋਲੋਗੇ ਓਪਨ ਸਨਰੂਫ, ਸਨਰੂਫ ਖੁੱਲ ਜਾਏਗਾ, ਅਗਰ ਤੁਸੀਂ ਬੋਲੋਗੇ ਕਲੋਜ਼ ਸਨਰੂਫ, ਸਨਰੂਫ ਬੰਦ ਹੋ ਜਾਏਗਾ। ਠੀਕ ਹੈ ਜੀ। ਔਰ ਇਸ ਗਾੜੀ ਦੇ ਵਿੱਚ ਫਸਟ ਇਨ ਸੈਗਮੈਂਟ ਆ ਕਿ ਸੇਫਟੀ ਦੀ ਜੇ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਕਸਟਮਰ ਡਿਮਾਂਡ ਹੁੰਦੀ ਸਰ ਸੇਫਟੀ ਨੂੰ ਲੈ ਕੇ। ਇਸ ਦੇ ਵਿੱਚ ਸਟੈਂਡਰਡ ਮਾਡਲ ਤੋਂ ਹੀ 6 ਏਅਰ ਬੈਗ ਸਟੈਂਡਰਡ ਆ ਸਰ। 6 ਏਅਰ ਬੈਗ ਮੀਨਸ ਕਿ ਏਅਰ ਬੈਗ ਫਰੰਟ ਵੀ ਮਿਲੋਗੇ ਤੁਹਾਨੂੰ, ਡਰਾਈਵਰ ਸਾਈਡ ਵੀ ਮਿਲੋਗੇ ਤੁਹਾਨੂੰ, ਔਰ ਜੋ ਰੀਅਰ ਪੈਸੰਜਰ ਬੈਠੇ ਹੈਗੇ ਆ ਉਹਨਾਂ ਵਾਸਤੇ ਜੋ ਜਿੰਨੇ ਪਿੱਲਰ ਆਉਂਦੇ ਗਾੜੀ ਦੇ ਵਿੱਚ, ਹਰ ਪਿੱਲਰ ਦੇ ਵਿੱਚ ਇੱਕ ਏਅਰ ਬੈਗ ਹੈਗਾ ਵਾ। ਲਾਈਕ ਦੈਟ ਇਹ ਹਰ ਪਿੱਲਰ ਦੇ ਵਿੱਚ ਸਰ ਏਅਰ ਬੈਗ ਮੈਂਸ਼ਨ ਹੈਗਾ ਵਾ, ਫਿਰ ਮਿਡਲ ਪਿੱਲਰ 'ਚ ਏਅਰ ਬੈਗ ਮੈਂਸ਼ਨ ਆ ਅਤੇ ਰੀਅਰ ਪਿੱਲਰ 'ਤੇ ਵੀ ਏਅਰ ਬੈਗ ਮੈਂਸ਼ਨ ਹੈ। ਹੁਣ ਸਰ ਮੈਂ ਤੁਹਾਨੂੰ ਰੀਅਰ ਸਪੇਸ ਬਾਰੇ ਥੋੜ੍ਹਾ ਡਿਟੇਲ 'ਚ ਦੱਸ ਦਿੰਦਾ। ਇੱਕ ਤਾਂ ਇਸ ਗਾੜੀ ਦੇ ਜਿਹੜੇ ਡੋਰ ਆ ਸਰ ਉਹ 90 ਡਿਗਰੀ ਐਂਗਲ ਦਾ ਓਪਨ ਹੁੰਦੇ ਸਰ। ਤੁਸੀਂ ਇਹਨੂੰ ਡੋਰ ਨੂੰ ਜਿੰਨਾ ਮਰਜ਼ੀ ਓਪਨ ਕਰ ਸਕਦੇ ਹੋ 90 ਡਿਗਰੀ ਆਉਣ ਦੇ ਨਾਲ। ਬੈਨੀਫਿਟ ਇਹ ਆ ਕਿਸੇ ਵੀ ਬੋਡੀ ਪੋਸਚਰ ਦੇ ਬੰਦੇ ਨੂੰ ਐਂਟਰੀ ਐਗਜ਼ਿਟ ਈਜ਼ੀ ਹੈਗੀ ਆ, ਔਰ ਕਿਸੇ ਵੀ ਹਾਈਟਡ ਪਰਸਨ ਨੂੰ ਜਿਹੜਾ ਹੈਡਰੂਮ ਹੈਗਾ ਵਾ, ਦੇਖੋ ਕਾਫੀ ਅੱਛਾ ਹੈਡਰੂਮ ਹੈਗਾ ਵਾ, 5-10 ਜਾਂ 6 ਫੀਟ ਪਰਸਨ ਨੂੰ ਬੈਠਣ 'ਚ ਬਹੁਤ ਈਜ਼ੀ ਆ, ਕਨਵੀਨੀਅੰਟ ਆ। ਔਰ ਤੁਸੀਂ ਜਿਹੜਾ ਲੈਗ ਰੂਮ ਦੇਖ ਰਹੇ ਹੋ ਕਾਫੀ ਵਾਈਡ ਲੈਗ ਰੂਮ ਹੈਗਾ, ਤੁਸੀਂ ਆਪਣੇ ਲੈਗਸ ਨੂੰ ਸਟ੍ਰੈਚ ਕਰ ਸਕਦੇ ਹੋ ਜਿੰਨਾ ਮਰਜ਼ੀ ਲੌਂਗ ਟਾਈਮ 'ਤੇ। ਬਾਕੀ ਕਨਵੀਨੀਅੰਟ ਫੀਚਰ ਕਾਫੀ ਅੱਛੇ ਹੈਗੇ ਆ, ਇਹਦੇ ਵਿੱਚ ਆਰਮ ਰੈਸਟ ਮਿਲ ਜਾਏਗਾ ਡਿਊਰਿੰਗ ਡਰਾਈਵ, ਤੁਸੀਂ ਈਜ਼ੀ ਕਨਵੀਨੀਅੰਟ ਆ, ਤੁਸੀਂ ਇਹਨੂੰ ਹੋਲਡ ਵੀ ਕਰ ਸਕਦੇ ਹੋ ਸਰ। ਠੀਕ ਹੈ ਜੀ। ਬਾਕੀ ਇਹਦੇ ਵਿੱਚ ਤੁਹਾਨੂੰ ਗ੍ਰੈਬ ਹੈਂਡਲ ਵੀ ਮਿਲ ਰਹੇ ਆ, ਪਕੜ ਵਾਸਤੇ ਅੱਛਾ ਹੈਗਾ ਇਹਦੇ ਵਿੱਚ ਤੁਹਾਨੂੰ, ਅਤੇ 3 ਪੈਸੰਜਰ ਆਰਾਮ ਨਾਲ ਬੈਠ ਸਕਦੇ ਆ ਸਰ, ਪ੍ਰੋਪਰ ਥਾਈ ਕਵਰ ਹੈਗੇ ਆ। ਸੀਟਸ ਦੀ ਗੱਲ ਕਰੀਏ ਇਹਦੇ ਵਿੱਚ ਸਰ ਤੁਹਾਨੂੰ ਲੈਦਰ ਸੀਟਸ ਮਿਲ ਰਹੇ ਆ ਜੋ ਬਹੁਤ ਕੰਫਰਟੇਬਲ ਆ, ਸਮੂਥ ਹੈਗੇ ਤੁਹਾਨੂੰ ਇਹਦੇ ਵਿੱਚ, ਕੁਸ਼ਨਿੰਗ ਕਾਫੀ ਸੌਫਟ ਆ ਸਾਰੇ। ਹਾਂਜੀ ਸਰ, ਮੈਂ ਹੁਣ ਤੁਹਾਨੂੰ ਨਾ ਰੀਅਰ ਪ੍ਰੋਫਾਈਲ ਬਾਰੇ ਤੁਹਾਡੀ ਡਿਟੇਲ 'ਚ ਦੱਸ ਦਿੰਦਾ। ਰੀਅਰ ਪ੍ਰੋਫਾਈਲ ਦੇ ਵਿੱਚ ਸਰ ਤੁਹਾਨੂੰ ਸ਼ਾਰਪਿੰਗ ਐਂਟੀਨਾ ਮਿਲ ਜਾਏਗਾ ਸਰ ਤੁਹਾਨੂੰ, ਠੀਕ ਹੈ ਜੀ। ਰੂਫ ਰੇਲਿੰਗ ਮਿਲ ਜਾਏਗੀ ਤੁਹਾਨੂੰ, ਰੀਅਰ ਵਾਈਪਰ ਵਾਸ਼ਰ ਅਤੇ ਡਿਫੋਗਰ ਮਿਲ ਜਾਊਗਾ। ਦੈਨ ਇਹਦੇ ਵਿੱਚ ਸਰ ਜੋ ਹੈਡਲਾਈਟ ਹੈਗੀ ਆ, LED ਟੇਲ ਲਾਈਟ ਮਿਲ ਜਾਏਗੀ ਤੁਹਾਨੂੰ, ਜੋ ਗਾੜੀ ਦੀ ਲੁਕਸ ਨੂੰ ਬਹੁਤ ਪ੍ਰੀਮੀਅਮ ਫੀਲ ਕਰਾਏਗਾ। ਅਜੇ ਸਰ ਹੁਣ ਮੈਂ ਤੁਹਾਨੂੰ ਥੋੜ੍ਹਾ ਬੂਟ ਸਪੇਸ ਕਪੈਸਿਟੀ ਦੱਸ ਦਿੰਦਾ। ਟਾਟਾ ਪੰਚ ਦੇ ਵਿੱਚ ਸਰ ਜਿਹੜੀ ਬੂਟ ਸਪੇਸ ਹੈਗੀ ਆ 366 ਲੀਟਰ ਦੀ ਮਿਲ ਰਹੀ ਆ, ਜੋ ਕਿ ਤੁਸੀਂ ਦੇਖ ਰਹੇ ਹੋ ਆਪਾਂ ਲਗੇਜ ਕੈਰੀ ਕੀਤੇ ਹੋਏ ਇਹਦੇ ਵਿੱਚ, ਤੁਸੀਂ ਲੌਂਗ ਡਰਾਈਵ ਜਾਂਦੇ ਹੋ ਕਿਸੇ ਵੀ ਤਰ੍ਹਾਂ ਲਗੇਜ ਕੈਰੀ ਕਰ ਸਕਦੇ ਹੋ, ਈਜ਼ੀ ਐਂਡ ਕਨਵੀਨੀਅੰਟ ਹੈਗਾ। ਰੀਅਰ ਅਤੇ ਸਰ ਬੰਪਰ 'ਤੇ ਤੁਹਾਨੂੰ ਪਾਰਕਿੰਗ ਸੈਂਸਰ ਵੀ ਮਿਲੂਗੇ ਸਰ ਤੁਹਾਨੂੰ, ਡਿਊ ਟੂ ਸੇਫਟੀ ਈਜ਼ੀ ਟੂ ਕਨਵੀਨੀਅੰਟ ਆ ਪਾਰਕਿੰਗ ਕਰਨਾ ਸਰ। ਸਰ ਜਿਸ ਤਰ੍ਹਾਂ ਤੁਸੀਂ ਹੁਣ 5 EV ਬਾਰੇ ਇਨਫੋਰਮੇਸ਼ਨ ਲਈ ਹੈ, ਉਸੇ ਤਰ੍ਹਾਂ ਮੈਂ ਹੁਣ ਤੁਹਾਨੂੰ ਟਾਟਾ ਦੇ ਵਿੱਚ ਜਿੰਨੇ ਹੋਰ ਮਾਡਲ ਆਉਂਦੇ ਆ, ਵੇਰੀਏਸ਼ਨ ਆਉਂਦੇ ਆ, ਉਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਡਿਟੇਲ 'ਚ ਦੱਸ ਦਿੰਦਾ।
ਉਸ ਤੋਂ ਬਾਅਦ ਸਾਡੀ ਗੱਡੀ ਆਉਂਦੀ ਸਰ ਨੈਕਸਨ। ਨੈਕਸਨ ਸਾਡੀ ਹੈਗੀ ਇੱਕ ਪ੍ਰੀਮੀਅਮ SUV ਸਰ। ਇਸ ਸੈਗਮੈਂਟ ਦੇ ਵਿੱਚ ਸਭ ਤੋਂ ਹੌਟ ਸੈਲਿੰਗ ਪ੍ਰੋਡਕਟ ਆ। ਇਹ 3rd generation SUV ਹੈਗੀ ਆ, ਜੋ ਕਿ ਟੋਟਲੀ ਫੇਸਲਿਫਟ ਮਾਡਲ ਹੈਗਾ ਵਾ। ਇਹਦੇ ਵਿੱਚ ਵੀ 6 airbag ਸਟੈਂਡਰਡ ਆਉਂਦੇ ਆ, ਔਰ ਇਹਦੇ ਵਿੱਚ ਜੋ ਤੁਹਾਨੂੰ ਟਰਾਂਸਮਿਸ਼ਨ ਮਿਲੇਗਾ, ਇਹ 1.2 liter ਟਰਬੋ ਪੈਟਰੋਲ ਵੀ ਮਿਲੇਗਾ, 1.5 ਡੀਜ਼ਲ ਵੀ ਇੰਜਨ ਮਿਲੇਗਾ, ਔਰ ਇਹਦੇ ਵਿੱਚ ਇਲੈਕਟ੍ਰੀਕਲ ਵਹੀਕਲ ਵੀ ਮਿਲੇਗਾ ਸਰ ਨੈਕਸਨ ਦੇ ਵਿੱਚ। ਆ ਜੋ ਸਰ ਤੁਹਾਨੂੰ ਆਪਣਾ ਗਾੜੀ ਦਾ ਡਿਜ਼ਾਇਨ ਦਿਖਾ ਦਿੰਦਾ, ਸਾਈਡ ਪ੍ਰੋਫਾਈਲ ਬਾਰੇ ਦੱਸ ਦਿੰਦਾ। ਅਲੋਏ ਵੀਲ ਡਿਜ਼ਾਇਨ ਹੈਗਾ ਵਾ, ਸਾਈਡ ਪ੍ਰੋਫਾਈਲ ਹੈਗੀ ਆ। ਰੀਅਰ ਪ੍ਰੋਫਾਈਲ ਦੇ ਵਿੱਚ ਸਰ ਤੁਹਾਨੂੰ LED ਟੇਲ ਲਾਈਟ ਮਿਲ ਜਾਏਗੀ, ਰੀਅਰ ਸਪਾਈਲਰ ਮਿਲੇਗਾ ਸਰ ਤੁਹਾਨੂੰ, 4-pin ਐਂਟੀਨਾ ਮਿਲੇਗਾ ਸਰ ਤੁਹਾਨੂੰ। ਨੈਕਸਨ ਦੇ ਵਿੱਚ ਸਰ ਜੋ ਲਗਜ ਕਪੈਸਿਟੀ ਹੈ ਕਾਫੀ ਅੱਛੀ ਦਿੱਤੀ ਗਈ ਆ। ਤੁਸੀਂ ਜਿੱਦਾਂ ਲੁੱਕਆਊਟ ਕਰੋਗੇ, ਇਹਦੇ ਵਿੱਚ ਤੇ ਜੋ ਲਾਰਜ ਅਟੈਚੀ ਹੈਗੇ ਤੁਸੀਂ ਈਜ਼ੀਲੀ ਰੱਖ ਸਕਦੇ ਹੋ ਇਹਦੇ ਵਿੱਚ। ਤੁਹਾਨੂੰ ਲੌਂਗ ਡਰਾਈਵ 'ਤੇ ਤੁਸੀਂ ਸਫ਼ਰ ਨਾਲ ਫੈਮਿਲੀ ਐਡਵੈਂਚਰ ਕਰਦੇ ਹੋ, ਈਜ਼ੀ ਕਨਵੀਨੀਅੰਟ ਹੈਗਾ ਇਹਦੇ ਵਿੱਚ ਤੁਹਾਨੂੰ। ਬਾਕੀ ਸਰ ਇਹਦੇ ਵਿੱਚ ਸਪੇਸ ਦੇ ਰਿਗਾਰਡਿੰਗ ਜੇ ਮੈਂ ਗੱਲ ਕਰਾਂ, ਤਾਂ ਸਪੇਸ ਕਾਫੀ ਅੱਛਾ ਮਿਲੇਗਾ ਤੁਹਾਨੂੰ ਇਹਦੇ ਵਿੱਚ। ਪ੍ਰੋਪਰ ਫੈਮਿਲੀ ਕਾਰ ਹੈਗੀ ਸਰ ਇਹਦੇ ਵਿੱਚ, ਤੁਹਾਨੂੰ 5 passenger ਈਜ਼ੀ ਕਨਵੀਨ ਕਰ ਸਕਦੇ ਜੀ। ਹੁਣ ਮੈਂ ਤੁਹਾਨੂੰ ਪੂਰਾ ਨੈਕਸਨ ਦਾ ਪ੍ਰਾਈਜ਼ ਦੱਸ ਦਿੰਦਾ ਕਿ ਨੈਕਸਨ ਦਾ ਜਿਹੜਾ ਸਭ ਤੋਂ ਸਟਾਰਟਿੰਗ ਪ੍ਰਾਈਜ਼ ਆ, ਜੋ ਨਿਊਲੀ ਲਾਂਚ ਹੋਇਆ ਹੁਣ, 799 ਤੋਂ ਸ਼ੁਰੂ ਹੋ ਜਾਂਦਾ, 7,99,000 ਤੋਂ ਸਮਾਰਟ ਵੇਰੀਅੰਟ। ਉਸ ਤੋਂ ਬਾਅਦ ਅਗਰ ਤੁਸੀਂ ਵੇਰੀਏਸ਼ਨ ਜਾਂਦੇ ਜਾਓਗੇ, ਪਿਓਰ ਸੈਕਸ਼ਨ ਆ, ਕ੍ਰੀਏਟਿਵ ਆ, ਫੀਅਰਲੈਸ ਆ, ਹਰ ਸੈਕਸ਼ਨ ਦੇ ਵਿੱਚ ਤੁਹਾਨੂੰ 3-3 ਮਾਡਲ ਮਿਲੂਗੇ, ਔਰ ਜਿਹੜਾ ਟੋਪ ਮਾਡਲ ਹੈਗਾ ਵਾ 16 lakh ਤੱਕ ਚੱਲ ਜਾਏਗਾ ਤੁਹਾਨੂੰ। ਬਾਕੀ ਡਿਪੈਂਡ ਅਪੋਨ ਕਸਟਮਰ ਨੀਡ ਆ ਸਾਰੀ। ਨੈਕਸਟ ਸਰ ਮੈਂ ਤੁਹਾਨੂੰ ਹੁਣ ਜੋ ਸਾਡੀ ਪ੍ਰੀਮੀਅਮ SUV ਹੈਗੀ ਆ, ਸਾਡੇ ਕੋਲ 2 SUV ਆਉਂਦੀਆਂ ਪ੍ਰੀਮੀਅਮ ਦੇ ਵਿੱਚ। ਫਸਟ ਹੈਗਾ ਸਾਡੇ ਕੋਲ ਹੈਰੀਅਰ, ਔਰ ਦੂਸਰਾ ਸਾਡੇ ਕੋਲ ਹੈਗੀ ਸਰ ਸਫਾਰੀ। ਤੁਸੀਂ ਡਿਸਪਲੇ ਦੇਖ ਰਹੇ ਹੋ, ਹੈਰੀਅਰ ਸਫਾਰੀ ਦੀ ਸਰ ਆਲਮੋਸਟ ਜੋ ਫਰੰਟ ਲੁੱਕਸ ਹੈਗੇ ਆ ਉਹ ਸੇਮ ਮਿਲੂਗੇ ਤੁਹਾਨੂੰ, ਬਟ ਇਹਦੇ ਵਿੱਚ ਸੀਟਸ ਦੀ ਵੇਰੀਏਸ਼ਨ ਆਜੂਗੀ। ਅਗਰ ਤੁਸੀਂ ਹੈਰੀਅਰ 'ਤੇ ਜਾਂਦੇ ਹੋ ਤੁਹਾਨੂੰ 5-seater 'ਚ ਮਿਲੂਗੀ, ਸਫਾਰੀ 'ਤੇ ਜਾਂਦੇ ਹੋ ਤੁਹਾਨੂੰ 7-seater 'ਚ ਮਿਲ ਜੂਗੀ ਤੁਹਾਨੂੰ। ਬਾਕੀ ਸਾਈਡ ਪ੍ਰੋਫਾਈਲ ਦੇ ਵਿੱਚ ਸਰ ਤੁਹਾਨੂੰ ਅਲੋਏ ਵੀਲ ਮਿਲੂਗੇ ਸਰ 17-inch ਦੇ, ਸਫਾਰੀ ਦੀ ਬ੍ਰੈਂਡਿੰਗ ਮਿਲ ਜੂਗੀ ਸਰ ਤੁਹਾਨੂੰ। ਰੀਅਰ ਪ੍ਰੋਫਾਈਲ ਦੇ ਵਿੱਚ ਜਾਂਦੇ ਹੋ, LED ਟੇਲ ਲਾਈਟ ਵਿਦ ਕਨੈਕਟਡ LED ਟੇਲ ਲਾਈਟ ਮਿਲੇਗੀ ਸਰ ਤੁਹਾਨੂੰ। ਇਹ ਜੋ ਤੁਸੀਂ ਮਾਡਲ ਦੇਖ ਰਹੇ ਹੋ ਇਹ ਸਫਾਰੀ ਮਾਡਲ ਆ ਸਰ। ਇਹ ਸਾਈਡ ਪ੍ਰੋਫਾਈਲ ਆ, ਤੁਸੀਂ ਥੋੜ੍ਹਾ ਸਾਈਡ ਵੀ ਦਿਖਾਓ ਸਾਨੂੰ ਅੰਦਰੋਂ ਵੀ। ਇਹਦੇ ਵਿੱਚ 1st row, 2nd row ਔਰ 3rd row ਦੇ ਵਿੱਚ ਸੀਟਸ ਮਿਲ ਜੂਗੀ, 7 seats, ਔਰ ਹਰ ਰੋ ਦੇ ਵਿੱਚ ਤੁਹਾਨੂੰ AC ਵੈਂਟ ਵੀ ਮਿਲੇਗਾ ਸਰ ਤੁਹਾਨੂੰ। ਥੋੜ੍ਹਾ ਤੁਹਾਨੂੰ ਮੈਂ ਇੰਟੀਰੀਅਰ ਵੀ ਗਾੜੀ ਦਾ ਦਿਖਾ ਦਿੰਦਾ ਸਰ। ਇੰਟੀਰੀਅਰ ਦੇ ਵਿੱਚ ਕਾਫੀ ਪ੍ਰੀਮੀਅਮ ਇੰਟੀਰੀਅਰ ਆ ਸਰ। ਬਾਕੀ ਸਰ ਅਗਰ ਮੈਂ ਪ੍ਰਾਈਜ਼ਿੰਗ ਦੀ ਗੱਲ ਕਰਾਂ, ਇਹਦੇ ਵਿੱਚ ਸਾਡੀ ਜੋ ਹੈਰੀਅਰ ਹੈਗੀ ਆ ਉਹ ਸਟਾਰਟਿੰਗ ਮਾਡਲ ਜਿਹੜਾ ਹੈਗਾ 18.5 lakh ਤੋਂ ਸ਼ੁਰੂ ਹੋ ਜਾਏਗਾ, ਔਰ ਜੋ ਸਫਾਰੀ ਹੈਗੀ ਆ ਉਹ 19 lakh ਤੋਂ ਸਟਾਰਟ ਹੋ ਜਾਏਗੀ ਔਨ ਰੋਡ ਸਰ। ਇਸ ਤੋਂ ਬਾਅਦ ਸਰ ਸਾਡੇ ਕੋਲ ਹੋਰ ਵੀ ਸੈਗਮੈਂਟ ਆਉਂਦੇ ਆ, ਜਿਸ ਤਰ੍ਹਾਂ ਸਾਡੇ ਕੋਲ ਇੱਕ ਸੈਗਮੈਂਟ ਆਉਂਦਾ ਵਾ ਅਲਟ੍ਰੋਜ਼, ਜੋ ਕਿ ਮੇਰੇ ਬਿਲਕੁਲ ਸਾਈਡ ਮੈਂ ਡਿਸਪਲੇ ਹੈਗਾ ਵਾ ਤੁਹਾਨੂੰ। ਅਲਟ੍ਰੋਜ਼ ਦੇ ਵਿੱਚ ਸਰ ਤੁਹਾਨੂੰ ਪੈਟਰੋਲ ਇੰਜਨ, ਡੀਜ਼ਲ ਇੰਜਨ ਔਰ CNG ਇੰਜਨ ਤਿੰਨੋਂ ਮਾਡਲ ਮਿਲੂਗੇ ਸਰ ਤੁਹਾਨੂੰ। ਇੰਟੀਰੀਅਰ ਦੀ ਜੇਕਰ ਮੈਂ ਸਰ ਤੁਹਾਨੂੰ ਗੱਲ ਕਰਾਂ, ਤਾਂ ਕਾਫੀ ਪ੍ਰੀਮੀਅਮ ਇੰਟੀਰੀਅਰ ਮਿਲੇਗਾ ਸਰ ਤੁਹਾਨੂੰ ਇਹਦੇ ਵਿੱਚ। ਬਾਕੀ ਸਰ ਟਾਟਾ ਦੇ ਵਿੱਚ ਤੁਸੀਂ ਕੋਈ ਵੀ ਮਾਡਲ ਲੈਂਦੇ ਹੋ, ਤੁਸੀਂ ਅਲਟ੍ਰੋਜ਼ ਲੈ ਲਓ, ਟਿਆਗੋ ਲੈ ਲਓ, ਨੈਕਸਨ, ਹੈਰੀਅਰ, ਸਫਾਰੀ, ਹਰ ਮਾਡਲ ਦੇ ਵਿੱਚ ਸਰ ਤੁਹਾਨੂੰ ਸੇਫਟੀ ਸਟੈਂਡਰਡ ਮਿਲੂਗੀ। ਉਹ ਟਾਟਾ ਦੇ ਜਿੰਨੇ ਵੀ ਮਾਡਲ ਹੈਗੇ ਆ ਇਹ ਗਲੋਬਲ ਸਟੈਂਡਰਡ 'ਤੇ 5-star ਰੇਟਿੰਗ ਨਾਲ ਆ ਰਹੇ ਆ, ਜੋ ਕਿ ਅੱਜ ਦੇ ਟਾਈਮ 'ਤੇ ਕਸਟਮਰ ਦੀ ਨੀਡ ਆ। ਇਹ ਇੱਕ ਡਿਜ਼ਾਇਨ ਅੱਛਾ ਹੋਣਾ ਚਾਹੀਦਾ ਵਾ, ਉਹ ਦੂਸਰਾ ਸੇਫਟੀ ਮਿਲਣੀ ਚਾਹੀਦੀ ਆ। ਟਾਟਾ ਦੇ ਕੋਲ ਹੁਣ ਡਿਜ਼ਾਇਨ ਵੀ ਹੈਗਾ ਵਾ, ਉਹ ਸੇਫਟੀ ਵੀ ਹੈਗੀ ਆ। ਇਸ ਕਰਕੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ, ਤੁਸੀਂ ਦਸੂਆ ਟਾਟਾ ਕੋਸਮੋ ਦੇ ਇੱਕ ਵਿਜ਼ਿਟ ਕਰੋ, ਜੋ ਵੀ ਮਾਡਲ ਦੀ ਤੁਹਾਡੀ ਨੀਡ ਹੈਗੀ ਆ ਉਹਦੇ ਤੁਸੀਂ ਇੱਕ ਵੀ ਟੈਸਟ ਡਰਾਈਵ ਲਵੋ,
ਔਰ ਜੋ ਤੁਹਾਨੂੰ ਫੈਮਿਲੀ ਦੇ ਅਕੋਰਡਿੰਗ ਕ੍ਰਿਮੀਨਲ ਲੱਗਦਾ ਵਾ ਉਸ ਗਾੜੀ ਨੂੰ ਫਾਈਨ ਲਗਾਉਂਦੇ। ਥੈਂਕ ਯੂ ਸੋ ਮਚ ਸਰ। ਮੇਰਾ ਨਾਮ ਵਿਸ਼ਾਲ ਆ, ਸਟੇਟ ਬੈਂਕ ਆਫ ਇੰਡੀਆ ਤੋਂ ਮੈਂ ਕਾਰ ਲੋਨ ਦਾ ਕੰਮ ਕਰਦਾ ਹਾਂ ਅਤੇ ਅੱਜ ਅਸੀਂ ਟਾਟਾ ਦੇ ਸ਼ੋਰੂਮ ਦਸੂਹਾ ਵਿੱਚ ਬੈਠੇ ਹਾਂ ਅਤੇ ਜਿਸ 'ਤੇ ਅਸੀਂ ਇੱਕ ਡੀਲਰ ਦੇ ਕਾਰ ਲੋਨ ਵਾਸਤੇ ਤੁਸੀਂ ਇੱਥੇ ਮਿਲ ਸਕਦੇ ਹੋ, ਜਿਹਦੇ ਵਿੱਚ ਅਸੀਂ ਸਰਕਾਰੀ ਜੋਬ ਜੋ ਕਰਦਾ ਹੈ ਚਾਹੇ ਐਗਰੀਕਲਚਰ ਹੈ ਜਾਂ ਬਿਜ਼ਨਸਮੈਨ ਹੈ ਉਹਦੇ ਲਈ ਕਾਰ ਲੋਨ ਪ੍ਰੋਵਾਈਡ ਕਰਦੇ ਹਾਂ। ਕਸਟਮਰ ਨੂੰ ਕਿਸੇ ਵੀ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਇਸੇ ਜਗ੍ਹਾ 'ਤੇ ਬਹਿ ਕੇ ਉਹਦੇ ਸਾਰੇ ਡਾਕੂਮੈਂਟ ਪ੍ਰੋਪਰ ਪੂਰੇ ਕਰਦੇ ਹਾਂ ਅਤੇ ਕਸਟਮਰ ਦੇ ਇੱਥੇ ਹੀ ਸਾਈਨ ਕਰਦੇ ਹਾਂ। ਉਹਨਾਂ ਨੂੰ ਨਾ ਬੈਂਕ ਵਿਜ਼ਿਟ ਕਰਨ ਦੀ ਲੋੜ ਹੈ ਨਾ ਕਿਤੇ ਹੋਰ ਜਾਣ ਦੀ ਲੋੜ ਪੈਂਦੀ ਹੈ। ਅਤੇ ਤੁਸੀਂ ਜੇ ਕੋਈ ਵੀ ਇਨਫੋਰਮੇਸ਼ਨ ਬਾਏ ਕਾਰ ਦੀ ਲੈਣੀ ਹੈ ਜਾਂ ਲੋਨ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਦਸੂਹਾ ਟਾਟਾ ਕੋਸਮੋ ਵਿਜ਼ਿਟ ਕਰ ਸਕਦੇ ਹੋ। ਕੋਈ ਵੀ ਨਿਊ ਕਾਰ ਹੈ ਤੁਸੀਂ ਦੇਖਣੀ ਚਾਹੁੰਦੇ ਹੋ ਜਾਂ ਉਹਦੇ ਫੀਚਰਸ ਵਗੈਰਾ ਜਾਣਨੇ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ। ਨਮਸਕਾਰ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਪ੍ਰਿਤਪਾਲ ਮਹਿਤਾ, ਮੈਂ ਬ੍ਰਾਂਚ ਮੈਨੇਜਰ ਟਾਟਾ ਕੋਸਮੋ ਦਸੂਹਾ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ। ਅਤੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇੱਥੇ ਟਾਟਾ ਦੀਆਂ ਸਾਰੀਆਂ ਕਾਰਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਕਾਰਾਂ ਦੀ ਅਗਰ ਆਪਾਂ ਗੱਲ ਕਰੀਏ 7-seater ਦੇ ਵਿੱਚ ਸਫਾਰੀ ਅਵੇਲੇਬਲ ਹੈ, ਉਸ ਤੋਂ ਬਾਅਦ ਹੈਰੀਅਰ ਜਿਹੜਾ ਕਿ ਪ੍ਰੋਪਰ SUV ਦੇ ਵਿੱਚ ਆਉਂਦੀ ਹੈ, ਉਸ ਤੋਂ ਬਾਅਦ ਸਰ ਆਪਾਂ ਗੱਲ ਕਰੀਏ 5-star ਰੇਟਿੰਗ ਦੇ ਵਿੱਚ ਸਾਡੀਆਂ ਸਾਰੀਆਂ ਕਾਰਾਂ ਉਪਲਬਧ ਹਨ। ਨੈਕਸੋਨ ਸਭ ਤੋਂ ਵੱਧ ਨੰਬਰ 1 ਤੇ ਵਿਕਣ ਵਾਲੀ ਕਾਰ ਹੈ ਔਰ 5th ਜਿਹੜੀ ਹੈ ਬਹੁਤ ਵਧੀਆ ਸੈਲਿੰਗ ਕਾਰ ਇਸ ਵੇਲੇ ਦੀ ਬਣ ਚੁੱਕੀ ਹੈ। ਉਸ ਤੋਂ ਬਾਅਦ ਸਰ ਅਲਟ੍ਰੋਜ਼ ਮਿਲ ਜਾਏਗੀ ਤੁਹਾਨੂੰ। ਉਸ ਤੋਂ ਬਾਅਦ ਸਰ ਅਗਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ EV ਦੇ ਵਿੱਚ 5 ਟਿਆਗੋ ਔਰ ਆਪਣਾ ਨੈਕਸੋਨ ਦੀ ਜਿਹੜੀ ਹੈਗੀ ਆ ਉਹ ਵੀ ਸੁਵਿਧਾ ਇੱਥੇ ਮਿਲ ਜਾਂਦੀ ਆ ਔਰ ਲੋਕਲ ਤੁਹਾਡੇ ਸ਼ਹਿਰ ਦੇ ਵਿੱਚ ਦਸੂਹੇ ਦੇ ਵਿੱਚ ਜਿਨ੍ਹਾਂ ਨੂੰ ਕਾਫੀ ਸਾਰੇ ਪਿੰਡ ਲੱਗਦੇ ਨੇ ਨੀਅਰ ਬਾਏ ਮੁਕੇਰੀਆਂ, ਤਲਵਾੜਾ, ਇਹ ਗੜਦੀਵਾਲਾ ਸਾਰਾ ਆਪਾਂ ਮਤਲਬ ਇੱਕ ਸੈਂਟਰ ਪੁਆਇੰਟ ਆ ਜਿਹੜਾ ਦਸੂਹਾ, ਤੁਹਾਨੂੰ ਕਿਤੇ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਪਏਗੀ। ਔਰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਚੀਜ਼ ਤੁਹਾਨੂੰ ਜਲੰਧਰ ਜਾ ਕੇ ਅਗਰ ਘੱਟ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਿਲ ਜਾਂਦੀ ਆ, ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਆ। ਕਿਰਪਿਆ ਮੇਰੀ ਬੇਨਤੀ ਇਹੀ ਆ ਕਿ ਤੁਸੀਂ ਸਾਡੇ ਸ਼ੋਰੂਮ 'ਚ ਵਿਜ਼ਿਟ ਕਰੋ ਤਾਂ ਜੋ ਬੈਸਟ ਡੀਲ ਹੋਊਗੀ ਆਪਾਂ ਤੁਹਾਨੂੰ ਆਪਣੇ ਵੱਲੋਂ ਪ੍ਰੋਵਾਈਡ ਕਰਾਂਗੇ। ਦੇਖੋ ਜੀ, ਫੈਸਿਲਿਟੀਜ਼ ਦੀ ਅਗਰ ਆਪਾਂ ਗੱਲ ਕਰੀਏ ਤਾਂ ਫੈਸਿਲਿਟੀਜ਼ ਦੇ ਵਿੱਚ ਸਾਰਾ ਕੁਛ, ਜਿਵੇਂ ਕਿ ਅਗਰ ਤੁਸੀਂ ਇਹ ਪ੍ਰੋਫਾਈਲਡ ਬੇਸ ਹੁੰਦਾ ਬੇਸਿਕਲੀ, ਅਗਰ ਐਗਰੀਕਲਚਰ ਹੈਗੇ ਆ ਤਾਂ ਐਗਰੀਕਲਚਰ ਨੂੰ ਆਪਾਂ ਲੋਨ ਪ੍ਰੋਵਾਈਡ ਕਰ ਦਿੱਤਾ, ਐਗਰੀਕਲਚਰ ਜੇ ਹੈਗੇ ਆ ਤਾਂ ਉਹਨਾਂ ਨੂੰ ਲੋਨ ਫੈਸਿਲਿਟੀ ਪ੍ਰੋਪਰ ਤੁਹਾਨੂੰ ਮਿਲ ਜਾਂਦੀ ਹੈਗੀ, ਹੈ ਨਾ। ਉਸ ਤੋਂ ਬਾਅਦ ਸਰ ਅਗਰ ਤੁਹਾਡੇ ਕੋਲ ਸੈਕਿੰਡ ਹੈਂਡ ਕਾਰ ਆ ਤਾਂ ਤੁਸੀਂ ਪਲਾਨ ਕਰ ਰਹੇ ਹੋ ਕਿ ਯਾਰ ਮੈਂ ਨਵੀਂ ਗੱਡੀ ਲੈਣਾ ਚਾਹੁੰਦਾ ਤਾਂ ਤੁਹਾਨੂੰ ਉਹ ਐਕਸਚੇਂਜ ਦੀ ਆਫਰ ਵੀ ਇੱਥੇ ਤੁਹਾਨੂੰ ਮਿਲ ਜਾਂਦੀ ਆ। ਜੀ ਬਿਲਕੁਲ ਜੀ, ਲੋਕੇਸ਼ਨ ਸਰ ਤੁਹਾਨੂੰ ਅਗਰ ਆਪਾਂ ਗੱਲ ਕਰੀਏ ਨੈਸ਼ਨਲ GT Road ਜਿਹੜਾ ਸ਼ਿਵਜੀ ਮੂਰਤੀ ਤੋਂ ਮੁਕੇਰੀਆਂ ਵੱਲ ਨੂੰ ਜਾਂਦੇ ਹਾਂ ਆਪਾਂ ਅਤੇ ਕੋਈ 500 meter ਅੱਗੇ ਜਾ ਕੇ ਸਵਰਾਜ ਟਰੈਕਟਰ ਏਜੰਸੀ ਦੇ ਨਾਲ ਸਾਡਾ ਟਾਟਾ ਕੋਸਮੋ ਦਾ ਸ਼ੋਰੂਮ ਆ ਜੀ। ਬਾਕੀ ਵਧੇਰੀਆਂ ਜਾਣਕਾਰੀਆਂ ਦੇ ਲਈ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਈਮੇਲ ID ਉਪਲਬਧ ਹੈ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਅਗਰ ਤੁਹਾਨੂੰ ਕਿਸੇ ਚੀਜ਼ ਦੀ ਵੀ ਜਾਣਕਾਰੀ ਚਾਹੀਦੀ ਹੈ ਆਪਾਂ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਥੈਂਕ ਯੂ, ਧੰਨਵਾਦ।